ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਗੱਡੀਆਂ 'ਤੇ ਜਿਹੜਾ ਨੰਬਰ ਪਲੇਟ ਲੱਗਦੀ ਹੈ ਉਹ ਨੰਬਰ ਪਲੇਟ ਆਊਟ ਆਫ ਵੇ ਦੇਣ ਦੇ ਮਾਮਲੇ ਵਿੱਚ 1,56,00,000 ਰੁਪਏ ਕਮਾਏ ਆ ਸਿਰਫ 2 ਦਿਨਾਂ ਵਿੱਚ। ਇਹ ਇੱਕ ਬਹੁਤ ਵੱਡੀ ਗੱਲ ਹੈ ਕਿ 2 ਦਿਨਾਂ ਵਿੱਚ 1,56,00,000 ਰੁਪਏ ਸਿਰਫ ਇਸ ਗੱਲ ਦੇ ਮਿਲ ਜਾਣ ਕਿ ਗੱਡੀਆਂ ਦੇ ਨੰਬਰ ਜਿਹੜੇ ਆ ਆਊਟ ਆਫ ਵੇ ਦਿੱਤੇ ਜਾਂਦੇ ਆ। ਇੱਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇੱਕ ਨਵੀਂ ਸੀਰੀਜ਼ ਜਿਹੜੀ ਆ ਉਹ ਸ਼ੁਰੂ ਕੀਤੀ ਸੀ CH01CT। ਉਸ ਤੋਂ ਬਾਅਦ 0001 ਤੋਂ ਲੈ ਕੇ 9999 ਮਤਲਬ ਕਿ 9999 ਤੱਕ ਇਹ ਸੀਰੀਜ਼ ਸੀਗੀ, ਇਸਦੇ ਨੰਬਰ ਸੀਗੇ। ਔਰ ਇਹਨਾਂ ਦੀ ਆਊਟ ਆਫ ਵੇ ਕਿਸੇ ਨੇ ਅਗਰ ਰੂਟੀਨ 'ਚ ਨੰਬਰ ਨਹੀਂ ਲੈਣਾ, ਕਿਸੇ ਨੂੰ ਚੋਇਸ ਦਾ ਨੰਬਰ ਲੈਣਾ ਤਾਂ ਉਸਦੀ ਆਕਸ਼ਨ ਕੀਤੀ ਗਈ ਸੀ। ਇਹ ਆਕਸ਼ਨ ਜਿਹੜੀ ਆ 2 ਦਿਨ ਚੱਲੀ, 20 ਤਰੀਕ ਤੋਂ 22 ਤਰੀਕ ਤੱਕ, 20 ਦਸੰਬਰ ਤੋਂ 22 ਦਸੰਬਰ ਤੱਕ ਇਹ ਆਕਸ਼ਨ ਚੱਲੀ ਆ। ਔਰ ਅਸੀਂ ਤੁਹਾਨੂੰ ਦੱਸ ਦਈਏ ਇਸ ਆਕਸ਼ਨ ਵਿੱਚ ਜੋ ਸਭ ਤੋਂ ਵੱਡਾ ਮਹਿੰਗਾ ਨੰਬਰ ਜੋ ਵਿਕਿਆ, ਸਭ ਤੋਂ ਮਹਿੰਗਾ ਜਿਹੜਾ ਨੰਬਰ ਆ ਆਕਸ਼ਨ ਹੋਇਆ, ਉਹ ਆਕਸ਼ਨ ਹੋਇਆ CH01CT0001। ਇਹ ਪਤਾ ਕਿੰਨੇ ਦਾ ਵਿਕਿਆ ਜੀ, ਕਿੰਨੇ ਦਾ ਆਕਸ਼ਨ ਹੋਇਆ? 19,25,000 ਰੁਪਏ ਦਾ। ਔਰ ਇਸ ਤੋਂ ਬਾਅਦ 3 ਨੰਬਰ CH01CT0003 ਜਿਹੜਾ ਹੈਗਾ ਉਹ 11,56,000 ਰੁਪਏ ਦਾ। ਇੱਦਾਂ ਹੀ 3 ਨੰਬਰ 'ਤੇ ਜਿਹੜਾ ਹੈਗਾ CH01CT0007 ਜਿਹੜਾ ਨੰਬਰ ਆਕਸ਼ਨ ਹੋਇਆ ਉਹ 10,50,000 ਰੁਪਏ 'ਚ ਆਕਸ਼ਨ ਹੋਇਆ। ਇਸ ਤਰ੍ਹਾਂ ਟੋਟਲ ਮਤਲਬ ਕਿ ਤੁਸੀਂ ਦੇਖੋ ਜਿਹੜੇ ਨੰਬਰ ਆਕਸ਼ਨ ਕੀਤੇ ਗਏ ਔਰ ਉਹਨਾਂ ਤੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ 1,57,00,000 ਰੁਪਏ ਦੀ ਆਮਦਨ ਹੋਈ। ਇੱਕ ਬਹੁਤ ਵੱਡੀ ਗੱਲ ਹੈ। ਇਸ ਤੋਂ ਬਾਅਦ 9 ਨੰਬਰ ਵਿਕਿਆ, ਮਤਲਬ CH01CT0009 ਜਿਹੜਾ ਨੰਬਰ ਵਿਕਿਆ ਉਹ 9,21,000 ਰੁਪਏ ਦਾ ਵਿਕਿਆ। ਇਸ ਤੋਂ ਬਾਅਦ CH01CT0005 ਜਿਹੜਾ ਵਿਕਿਆ ਉਹ 6,02,000 ਰੁਪਏ ਦਾ ਵਿਕਿਆ। ਇੱਦਾਂ ਹੀ ਇਹ ਬੜੀ ਲੰਬੀ ਲਿਸਟ ਆ। ਔਰ ਇਹ ਜਿਹੜੇ ਆ ਆਕਸ਼ਨ 2 ਦਿਨ ਆਕਸ਼ਨ ਚੱਲੀ, 20 ਤਰੀਕ ਤੋਂ 22 ਤਰੀਕ ਤੱਕ। ਇਹ ਨਵੀਂ ਸੀਰੀਜ਼ ਜਿਹੜੀ ਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਸ਼ੁਰੂ ਕੀਤੀ ਸੀ। ਇਹ ਸੀਰੀਜ਼ ਸੀਗੀ CH01CT। ਔਰ ਇਸ 'ਚ ਜਿਹੜੇ ਆ ਨੰਬਰ ਜਿਹੜੇ ਆ ਲੋਕਾਂ ਨੂੰ ਕਿਹਾ ਗਿਆ ਸੀਗਾ ਵੀ ਕਿਸੇ ਨੇ ਆਪਣੀ ਚੋਇਸ ਦਾ ਨੰਬਰ ਲੈਣਾ ਤਾਂ ਉਹ ਅਪਲਾਈ ਕਰ ਸਕਦਾ। ਲੋਕਾਂ ਨੇ ਅਪਲਾਈ ਕੀਤਾ, ਜਿਸ ਮਾਮਲੇ ਵਿੱਚ ਜਿਸ ਨੰਬਰ ਨੂੰ 1 ਤੋਂ ਵੱਧ ਲੋਕ ਜਿਹੜਾ ਉਹ ਨੰਬਰ ਲੈਣਾ ਚਾਹੁੰਦੇ ਸੀ ਤਾਂ ਉਹਨਾਂ ਵਿੱਚ ਇਹ ਜਿਹੜਾ ਆਕਸ਼ਨ ਕੀਤੀ ਗਈ। ਜਦੋਂ ਆਕਸ਼ਨ ਕੀਤੀ ਗਈ ਤਾਂ ਸਭ ਤੋਂ ਮਹਿੰਗਾ ਨੰਬਰ 19,25,000 ਰੁਪਏ ਦਾ ਸੇਲ ਆਊਟ ਕੀਤਾ ਗਿਆ। ਔਰ ਉਹ 1 ਨੰਬਰ ਹੈ, 1 ਨੰਬਰ ਮਤਲਬ ਸਭ ਤੋਂ ਮਹਿੰਗਾ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਸ ਬੰਦੇ ਨੇ 1 ਨੰਬਰ ਲਿੱਤਾ ਹੈ, 19,25,000 ਰੁਪਏ ਦਾ ਜਿਸ ਬੰਦੇ ਨੇ ਪਰਚੇਜ਼ ਕੀਤਾ ਹੈ, ਉਹਨੇ ਗੱਡੀ ਕਿੰਨੀ ਮਹਿੰਗੀ ਲਿੱਤੀ ਹੋਣੀ ਹੈ। ਔਰ ਕਿਹੜੀ ਗੱਡੀ 'ਤੇ ਉਹ ਇਹ ਨੰਬਰ ਲਗਾਏਗਾ, ਇਹ ਆਪਣੇ ਆਪ 'ਚ ਇੱਕ ਕੁਐਸਚਨ ਹੈਗਾ। ਇੱਕ ਵੱਡੀ ਗੱਲ ਹੈਗੀ ਆ ਵੀ 19,25,000 ਰੁਪਏ ਦਾ ਨੰਬਰ ਖਰੀਦਣਾ, ਇੱਕ ਮੈਂ ਗੱਡੀ ਦੀ ਕੋਸਟ ਅਲੱਗ ਹੈਗੀ ਆ, ਉਸ ਤੋਂ ਬਾਅਦ ਰੋਡ ਟੈਕਸ ਅਲੱਗ ਹੈਗਾ, ਇੰਸ਼ੋਰੈਂਸ ਅਲੱਗ ਹੈਗੀ ਆ, ਸਾਰਾ ਕੁਛ ਅਲੱਗ ਹੈਗਾ, ਤੁਹਾਨੂੰ ਜਿਹੜਾ ਟੈਕਸ ਭਰਨਾ ਉਹ ਵੀ ਅਲੱਗ ਹੈਗਾ। ਇਹ ਸਿਰਫ
ਆਊਟ ਆਫ ਵੇ ਨੰਬਰ ਲੈਣ ਦੀ ਕੋਸਟ ਹੈਗੀ ਆ। ਸਿਰਫ ਤੁਸੀਂ ਲਾਈਨ 'ਚ ਲਾ ਕੇ ਨੰਬਰ ਨਹੀਂ ਲੈਂਦੇ, ਤੁਸੀਂ ਆਪਣੀ ਮਨਪਸੰਦ ਦਾ ਨੰਬਰ ਲੈਂਦੇ ਹੋ, ਉਸਦੀ ਕੋਸਟ ਉਸ ਬੰਦੇ ਨੇ 19 ਲੱਖ ਤੋਂ ਵੱਧ ਜਿਹੜੀ ਆ ਉਹ ਭਰੀ ਆ। ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਇਸ ਮਾਮਲੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ 2 ਦਿਨਾਂ ਵਿੱਚ ਨੰਬਰਾਂ ਦੀ ਆਕਸ਼ਨ ਕਰਕੇ 1,57,00,000 ਰੁਪਇਆ ਇਕੱਠਾ ਕੀਤਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਨਿਕ ਸਵੇਰਾ ਟੀਵੀ ਲਈ, ਚੰਡੀਗੜ੍ਹ ਤੋਂ।